ਹੁਸ਼ਿਆਰਪੁਰ ਜ਼ਿਲ੍ਹੇ ਦੀ ਮੁੱਖ ਦਾਣਾ ਮੰਡੀ ਵਿੱਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੀਤ ਵੈਬ ਟੀਵੀ ਦੀ ਟੀਮ ਵੱਲੋਂ ਜਦੋਂ ਮੁੱਖ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਕਣਕ ਦੀ ਖਰੀਦ ਤਾਂ ਹੋ ਰਹੀ ਸੀ ਪਰ ਲਿਫਟਿੰਗ ਨਾ ਹੋਣ ਕਾਰਨ ਮੰਡੀ 'ਚ ਕਣਕ ਦੇ ਅੰਬਾਰ ਲੱਗੇ ਹੋਏ ਸਨ, ਜਿਸ ਕਾਰਨ ਹੋਰ ਖਰੀਦੀ ਜਾ ਰਹੀ ਕਣਕ ਦੇ ਰੱਖ ਰਖਾਅ ਲਈ ਜਗ੍ਹਾ ਦੀ ਕਮੀ ਆ ਰਹੀ ਸੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਧੀਰ ਸੂਦ ਨੇ ਦੱਸਿਆ ਕਿ ਮੰਡੀ ਵਿੱਚ ਕਣਕ ਦੀ ਚੁਕਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਜੇਕਰ ਠੇਕੇਦਾਰ ਸਮਰੱਥਾ ਅਨੁਸਾਰ ਕੰਮ ਕਰੇ ਤਾਂ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਮੇਰਾ ਨਾਂ ਸੁਧੀਰ ਸੂਦ ਹੈ ਜੀ, ਮੈਂ ਲੋਕਲ ਮੰਡੀ ਦਾ ਪ੍ਰਧਾਨ ਹੈ, ਪੰਜਾਬ ਆੜ੍ਹਤੀ ਐਸੋਸੀਏਸ਼ਨ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਜੀ। ਇੱਥੇ ਕੀ ਪ੍ਰੋਬਲਮ ਆ ਰਹੀ, ਕਦੇ ਲਿਫਟਿੰਗ ਨਹੀਂ ਹੋ ਰਹੀ, ਕੋਈ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ? ਦੇਖੋ ਜੀ, ਬਾਕੀ ਤਾਂ ਪ੍ਰਸ਼ਾਸਨ ਦੇ ਸਾਰੇ ਪ੍ਰਬੰਧ ਬਹੁਤ ਅੱਛੇ ਚੱਲਦੇ ਪਏ ਹੈ, ਕੋਈ ਕਮੀ ਨਹੀਂ। ਲਿਫਟਿੰਗ ਲਈ ਵੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਗਾ ਰਿਹਾ, ਪਰ ਜਿਹੜਾ ਨਾ ਜ਼ਿਆਦਾ ਠੇਕੇਦਾਰ ਕੋਲ ਲੇਬਰ ਘੱਟ ਹੈ ਜਾਂ ਉਹਦੇ ਕੋਲ ਗੱਡੀਆਂ ਘੱਟ ਹੈ, ਮਾਲ ਕਾਫੀ ਮੰਡੀ ਇੱਥੇ ਜਮ੍ਹਾਂ ਹੋ ਗਿਆ ਵੈ। ਹੁਣ ਦੇਖਣ ਨੂੰ ਇਹ ਤਾਂ ਰਸ਼ ਵੀ ਬਹੁਤ ਪੈ ਗਿਆ ਆ, ਅਤੇ ਇਸ ਵੇਲੇ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ, ਨਾ ਲੰਘਣ ਨੂੰ ਰਾਸਤਾ ਹੈਗਾ, ਨਾ ਟਰੈਕਟਰ ਬੰਨ। ਮੈਂ ਕੱਲ੍ਹ ਵੈਸੇ ਮੈਂ ਸੈਕਟਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਸੀਗਾ, ਉਹ ਕਹਿੰਦੇ ਸੀ ਅਸੀਂ ਇਹਨੂੰ ਫਾਲੋ ਕਰਦੇ, ਦੇਖਦੇ ਕੀ ਪ੍ਰੋਬਲਮ ਹੈ। ਇੱਕ ਤਾਂ ਸ਼ਿਕਾਇਤ ਹੋ ਰਹੀ ਕਿ ਸਵੇਰੇ 7 ਵਜੇ ਤੋਂ ਪਹਿਲਾਂ ਵੀ ਟਰਾਲੀਆਂ ਆ ਜਾਂਦੀਆਂ, ਤੁਹਾਨੂੰ 7 ਵਜੇ ਤੋਂ ਬਾਅਦ ਵੀ ਆ ਰਹੀਆਂ ਆ, ਜੇ ਜੋ ਕਿ ਕਾਨੂੰਨ ਦਾਇਰੇ 'ਚ ਬਾਹਰ ਹੈਗੀ। ਵੈਸੇ ਤਾਂ ਜਿਹੜਾ ਹੈਗਾ ਨਾ ਜੀ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੇਰਾ ਖਿਆਲ ਅਲਾਊਡ ਹੀ ਹੈਗਾ, ਆਉਣਾ ਅਲਾਊਡ ਹੀ ਹੈਗੇ ਆਉਣੀ ਆ। ਉਸ ਤੋਂ ਬਾਅਦ ਜਿਹੜਾ 7 ਵਜੇ ਤੋਂ ਪਹਿਲਾਂ ਵੀ ਸਵੇਰ ਨੂੰ ਆਉਂਦੀਆਂ, ਤੁਹਾਨੂੰ 7 ਵਜੇ ਤੋਂ ਬਾਅਦ ਆ ਰਹੀਆਂ, 10 ਤੋਂ ਬਾਅਦ ਆ ਰਹੀਆਂ। ਮੈਂ ਤਾਂ ਖੈਰ ਮੰਡੀ 'ਚ 10-11 ਵਜੇ ਤੋਂ ਪਹਿਲਾਂ ਆਉਂਦਾ ਹੀ ਨਹੀਂ ਜੀ, ਇਹਦੇ ਬਾਰੇ ਜ਼ਿਆਦਾ ਮੈਂ ਨਹੀਂ ਕਲੀਅਰ ਕਰ ਪਾਊਂਗਾ ਤੁਹਾਨੂੰ, ਮੇਰਾ ਤਾਂ ਆਪਣਾ ਰੁਟੀਨ। ਲਿਫਟਿੰਗ ਦਾ ਹੁਣ ਤੁਸੀਂ ਕਦੇ ਕਦੇ ਧਿਆਨ 'ਚ ਦਿੱਤਾ ਕਿ ਨਹੀਂ ਹੋ ਰਹੀ ਹੈ ਇੱਥੇ? ਇਸ ਵੇਲੇ ਤਕਰੀਬਨ ਸਾਰੀ 3 ਏਜੰਸੀਆਂ ਇੱਥੇ ਸਾਡੇ, ਇੱਕ ਹੈਗੀ ਹੈ ਵਾਰਕਫੈਡ, ਇੱਕ ਪੰਜਾਬ ਵੇਅਰ ਹਾਊਸ ਹੈਗਾ, ਇੱਕ ਹੈਗੀ ਹੈ ਦੂਸਰਾ ਇੱਕ ਪੰਨ ਗਰੇਨ ਜੀ। ਤਕਰੀਬਨ ਥੋੜ੍ਹਾ ਮਾਲ ਸਾਰਿਆਂ ਦੇ ਰੁਕਿਆ ਪਿਆ ਵੈ, ਫੜ ਇਸ ਵੇਲੇ ਟੋਟਲੀ ਰੁਕਿਆ ਪਿਆ। ਜਦ ਤੱਕ ਲਿਫਟਿੰਗ ਨਹੀਂ ਹੋਏਗੀ ਤਦ ਤੱਕ ਅਗਲਾ ਨਵਾਂ ਮਾਲ ਨਹੀਂ ਆਏਗਾ? ਮਾਲ ਦੀ ਪ੍ਰੋਬਲਮ ਹੈਗੀ ਆਉਣ ਦੀ ਜੀ, ਰਸਤਾ ਜਿਹੜਾ ਤੁਸੀਂ ਕਹਿੰਦੇ ਲੰਘਣ ਟੱਪਣ ਲਈ, ਇਸ ਕਰਕੇ ਹੀ ਪ੍ਰੋਬਲਮ ਹੈ ਉਹਦੀ ਵੀ ਕਿ ਮਾਲ ਲਿਫਟਿੰਗ ਨਹੀਂ ਹੋ ਰਹੀ ਜੀ। ਰਾਜ ਕੁਮਾਰ ਬੋਲਦਾ ਜੀ, ਸਾਨੂੰ ਲੇਬਰ ਨੂੰ ਤੰਗੀ ਹੈ, ਮਾਲ ਚੱਕ ਨਹੀਂ ਹੁੰਦਾ ਪਿਆ, ਅਤੇ ਪਹਿਲਾਂ ਅਸੀਂ ਮਾਲ ਦੀ ਭਰਾਈ ਕਰਦੇ ਹਾਂ, ਫਿਰ ਸਾਨੂੰ ਰਾਤ ਨੂੰ ਤਾਂਖਾਂ ਲਾਉਣੀਆਂ ਪੈਂਦੀਆਂ, ਲੇਬਰ ਤਾਂ ਅੱਗੇ ਬਹੁਤ ਸ਼ੋਰਟ ਹੈ, ਗੱਡੀਆਂ ਵੱਲੋਂ ਸਾਨੂੰ ਜ਼ਿਆਦਾ ਦਿੱਕਤ ਆਉਂਦੀ ਪਈ ਹੈ, ਠੇਕੇਦਾਰ ਸਾਨੂੰ ਟਰਾਲੀਆਂ ਦਿੰਦੇ ਨਹੀਂ ਪਏ ਲੱਦਣ ਲੁੱਦਣ। ਕਿੰਨੇ ਦਿਨਾਂ ਤੋਂ ਨਹੀਂ ਚੱਕ ਹੋ ਰਹੀਆਂ? ਇਹ 6-7 ਦਿਨ ਤੋਂ ਮੰਡੀ ਦੇ ਵਿੱਚ ਪੂਰਾ ਜਾਮ ਲੱਗ ਚੁੱਕਾ ਹੈ। ਹਰੀ ਚੰਦ ਬੋਲਦਾ ਜੀ। ਦਿੱਕਤ ਆ ਰਹੀ ਲਿਫਟਿੰਗ ਦੀ? ਦਿੱਕਤ ਹੈ ਜੀ, ਇੱਥੇ ਪਹਿਲਾ ਨੰਬਰ ਤਾਂ ਗੱਡੀਆਂ ਟਰਾਲੀਆਂ ਲੋਡ ਕਰਨ ਨੂੰ ਘੱਟ ਆਉਂਦੀਆਂ, ਠੇਕੇਦਾਰ ਮੰਡੀ 'ਚ ਘੱਟ ਆ ਰਿਹਾ, ਕਦੇ ਕਿਸੇ ਨੂੰ ਪੁੱਛਿਆ ਨਹੀਂ। ਇੱਕ ਟਰਾਲੀ ਵਾਲਾ ਜੇ ਲੋਡ ਕਰਨੀ ਹੈ ਤਾਂ ਆੜ੍ਹਤੀਆਂ ਨੂੰ ਕਹਿੰਦਾ 2 ਰੁਪਏ ਕੱਟਾ ਲੈਣਾ, ਫਿਰ ਮਾਲ ਚੱਕਣਾ, ਫਿਰ ਜਿਹੜਾ 2 ਰੁਪਏ ਕੱਟਾ ਦਿੰਦਾ ਉਹਦਾ ਮਾਲ ਚੱਕ ਹੋ ਜਾਂਦਾ, ਜਿਹੜਾ ਕਹਿੰਦਾ ਮੈਂ ਕੱਟ ਦੇਣਾ ਉਹਦਾ ਮਾਲ ਨਹੀਂ ਚੱਕ ਹੁੰਦਾ। ਕਿੰਨੇ ਲੋਕ ਮਾਲ ਨਹੀਂ ਚੱਕ ਹੋ ਰਿਹਾ? ਇਹ 5-4 ਦਿਨ ਤੋਂ ਜਾਮ ਲੱਗਿਆ ਜੀ, ਜ਼ਿਆਦਾ ਪਹਿਲਾਂ ਲਿਫਟਿੰਗ ਸਹੀ ਰਹੀ। ਜਾਮ ਲੱਗਿਆ ਤਾਂ ਮੰਡੀ ਬੋਰਡ ਦੇ ਜਾਮ ਇਸ ਕਰਕੇ ਲੱਗਿਆ ਕਿ ਜਿਹੜੀਆਂ ਥੋੜ੍ਹੀ ਜਿਹੀ ਉੱਤੇ ਟਰਾਲੀਆਂ ਦੀ ਵੀ ਥੋੜ੍ਹੀਆਂ ਖੁੱਲ੍ਹ ਹੋ ਗਈ ਜ਼ਿਆਦਾ, ਨਹੀਂ ਪਹਿਲਾਂ 3-4 ਪਾਸ ਮਿਲਦੇ ਅਤੇ ਉਹ ਹਿਸਾਬ ਨਾਲ ਮਾਲ ਜਾਈ ਜਾਂਦਾ।